मैं एक बार किसी यात्रा से गया, मैं औरंगजेब की समाध से जाके आया, मैं उत्थे एक मुसलमान फकीर बैठा बुजुर्ग कहिंदा जी तुसीं कोई 10-20 रुपये दे जाओ। मैं हाँ जी तू एडे वड्डे मतलब राजे की समाध है ये की गल, कहिंदा कोई ना इत्थे जी कोई नहीं 2 रुपये दिंदा, आ जिहड़ा दीवा मैं जगाउणा इहदे चों तेल खातर 10 रुपये नूं तेल मुक जांदा दीवे चों। औरंगजेब दे जे अज दीवे च तेल ही भगवंत मान, तेरे पहले सता भी सदा नहीं रहनी, तू शाम नूं रंगीन होके ना पिया कर गल्लां करदे सवेरे अफसर तैनूं जिवें पढ़ के भर्ती बना दिंदे उवें जिवें तू पढ़ दिंदा ते गां हो जाणा रा चुटकलिआं दा तू बाहर है 20-50 तू नाल ओह सुणा जाणा है। इदों बाद तेरे कोल कोई गल नहीं, असीं वार वार तेरे कोल फील करदे हां साडे हलके च वी 3 MLA ने आप दे ਉਹ ਵੀਰੋ ਤੁਹਾਡੇ ਇਲਾਕੇ ਦਾ ਮੁੰਡਾ ਸੀ, ਘੱਟੋ ਘੱਟ ਤੁਸੀਂ ਸੰਗ ਮੰਨ ਲਓ ਸਾਡੇ ਤੁਹਾਡੇ ਕੋਈ 3 ਦਾ ਡੈਪੂਟੇਸ਼ਨ ਅੱਜ ਤੱਕ ਕਿਸੇ ਸਰਕਾਰ ਨੂੰ ਮਿਲਿਆ ਵੀ ਇਹ ਪਰਿਵਾਰ ਦੀ ਗੱਲ ਸੁਣ ਲੈ, ਰੋਜ਼ ਭਟਾਈ ਮਾਰਦੇ ਫਿਰਦੇ ਨੇ ਬੋਕਦੇ ਫਿਰਦੇ ਨੇ, ਤੇ ਤੁਸੀਂ ਤਾਂ ਸਾਡੇ ਇਲਾਕੇ ਦੇ ਹੋ, ਇੱਕ ਤਾਂ ਸਾਡਾ ਪਿੰਡ ਉਹਦੇ ਇਲਾਕੇ ਚ ਪੈਂਦਾ ਹੈ ਬਣਾਵਾਲੀ ਦੇ, ਤਾਂ ਆ ਇੱਥੋਂ ਵਾਲੇ ਮਾਨਸਾ ਚ ਵੀ ਅਸੀਂ ਵੀ ਮਾਨਸਾ ਦੇ ਵਸਿੰਦੇ ਹਾਂ, ਬੋਲੋ ਮੈਨੂੰ 3 MLA ਤੋਂ ਕਦੇ ਇੱਕ ਫੋਟ ਕੀਤਾ ਹੋਵੇ ਨਾ, 3 ਨੇ ਸਾਡੇ ਜ਼ਿਲ੍ਹੇ ਦੇ ਨੇ ਵੀ ਇੱਕ ਦਿਨ ਕਿਸੇ ਜਾ ਕੇ ਵਜ਼ੀਰ ਨੂੰ ਭਗਵੰਤ ਮਾਨ ਨੂੰ ਕਿਸੇ ਨੂੰ ਇਹ ਗੱਲ ਕਹੀ ਹੋਵੇ ਵੀ ਉਹਨਾਂ ਦੀ ਗੱਲ ਸੁਣ ਲਓ। ਬੋਲੋ ਜੇ ਤਾਂ ਅਸੀਂ ਗਲਤ ਕਹਿੰਦੇ ਹਾਂ ਤੁਸੀਂ ਅੱਜ ਹੀ ਹੱਥ ਖੜੇ ਕਰਕੇ ਕਹਿ ਦਿਓ, ਅਸੀਂ ਆਪਦੇ ਘਰੇ ਬਹਿ ਜਾਵਾਂਗੇ, ਸਾਨੂੰ ਕੋਈ ਦਿੱਕਤ ਨਹੀਂ, ਉਹ ਮਰਨ ਵਾਲਾ ਮੁੰਡਾ ਮਰ ਗਿਆ ਉਹਨੇ ਵਾਪਸ ਆਉਣਾ ਨਹੀਂ ਤੇ ਸਾਨੂੰ ਨਿਆਂ ਮਿਲਣਾ ਨਹੀਂ। ਸਿਰਫ ਇਹ ਹੈ ਵੀ ਜੇ ਥੋੜੇ ਕਣੇ ਵੀ ਮਨ ਨੂੰ ਸ਼ਾਂਤੀ ਆ ਜਾਂਦੀ ਹੈ ਜੇ ਚਿੱਟੇ ਗੁੜਤੇ ਪਜਾਮੇ ਪਾ ਕੇ ਵੀਰੋ, ਉਹ ਮੈਂ ਅਫਸਰਾਂ ਵਾਲੀ ਗੱਲ ਫਿਰ ਭੁੱਲ ਜਾਂਦਾ, ਇਹ ਜਿਹੜੇ ਅਫਸਰ ਨੇ ਨਾ ਜਿੰਨੇ ਮੁਹਾਲੀ ਦੇ ਨੇੜੇ ਤਾਇਨਾਤ ਰਹੇ ਨੇ ਇਹਨਾਂ ਦੀਆਂ ਇਹਨਾਂ ਨਾਲ ਸਾਂਝਾਂ ਸੀ, ਇਹ ਮਿਲ ਕੇ ਫਰੋਤੀਆਂ ਕਰਾਉਂਦੇ ਰਹੇ ਨੇ, ਜਿੰਨਾ ਬੰਦਿਆਂ ਤੇ ਅਸੀਂ ਉਂਗਲ ਰੱਖਦੇ ਹਾਂ ਜੇ ਉਹਨਾਂ ਚੋਂ 2 ਬੰਦਿਆਂ ਦੇ ਵੀ ਪਟਾ ਫਿਰ ਜੇ ਨਾਲੇ ਇਹਨਾਂ ਦੇ IPS ਨਾਲੇ ਸਾਰੇ ਨੰਗੇ ਹੋ ਜਾਣਗੇ, ਸਾਂਝਾਂ ਇਹਨਾਂ ਦੀਆਂ ਨੇ, ਸਾਰਾ ਚੰਡੀਗੜ੍ਹ ਦਾ ਆਲਾ ਦੁਆਲਾ ਇਹਨਾਂ ਅਫਸਰਾਂ ਨੇ ਖਰੀਦ ਰੱਖਿਆ, ਅੱਜ ਉਹੀ ਇਸ ਸਰਕਾਰ ਨੂੰ ਸਲਾਹਾਂ ਦਿੰਦੇ ਨੇ, ਇਹਨਾਂ ਦੇ ਆਪਦੇ ਪੱਲੇ ਕੋਈ ਗੱਲਬਾਤ ਹੈ ਨਹੀਂ ਗੀ। ਸੋ ਮੈਂ ਇੱਥੋਂ ਬਾਹਲਾ ਮੇਰਾ ਇੱਥੋਂ ਬੋਲਿਆ ਨਹੀਂ ਜਾ ਰਿਹਾ, ਗੱਲਾਂ ਕਰਨ ਵਾਲੀਆਂ ਹੋਰ ਸੀ, ਮੈਂ ਤੁਹਾਨੂੰ ਮੈਂ ਹੁਣ ਕਹਿੰਦਾ ਵੀ ਸਾਡੀਆਂ 4 ਹੀ ਗੱਲਾਂ ਨੇ, ਮੋਟੀਆਂ ਬਹੁਤੀਆਂ ਨਹੀਂ ਗੱਲਾਂ ਹੈ। ਪਹਿਲੀ ਗੱਲ ਤਾਂ ਸਾਜਿਸ਼ ਕਰਨ ਵਾਲੀ ਗੱਲ ਆ ਵੀ ਉਹਨਾਂ ਬੰਦਿਆਂ ਨੂੰ ਜਿਵੇਂ ਪੁਲਿਸ 50 ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਉਸ ਤਰੀਕੇ ਨਾਲ ਕਰੋ, ਤੁਸੀਂ ਐਵੇਂ ਨਹੀਂ ਹੋ। ਬੜਾ ਦੁੱਖ ਹੈ, ਮੇਰਾ ਮਿੱਤਰ ਹੈ ਆ ਜਗਦੀਸ਼, ਅਸੀਂ ਵੀ ਇੱਥੇ ਰੋਜ਼ ਮਿਲਦੇ ਹਾਂ, ਸਾਰੀ ਉਮਰ ਮਾਨਸਾ ਦੀ ਜੁੱਤੀਆਂ ਘਸ ਗਈਆਂ, ਉਹ ਇੱਥੇ ਸਦਕਾ ਲਏ ਉਹਨੂੰ ਆਏ ਜਿਵੇਂ ਕੋਈ ਅਨਰੋਕੀ ਹੁੰਦਾ ਨਾ, ਕੋਈ ਬੰਦਾ ਵਿਆਹ ਤੇ ਆਇਆ ਹੁੰਦਾ ਹੈ ਉਹਨੂੰ ਯਾਰ ਗੇਟ ਤੇ ਤੂੰ ਜੱਫੀ ਪਾ ਕੇ ਆਏ ਲੈ ਕੇ ਜਾਂਦਾ, ਮੁੜ ਕੇ ਅੰਦਰ ਪਿਆ ਕੇ ਚਾਹ ਤੇ ਉਵੇਂ ਜਿਵੇਂ ਬਹਾ ਕੇ ਜਾਂਦਾ, ਕੀ ਇਨਵੈਸਟੀਗੇਸ਼ਨ ਦਾ ਤਰੀਕਾ ਦੱਸੋ, ਇਸ ਰੋਡ ਕੋਈ ਦੱਸੋ ਵੀ ਮੈਂ ਕਤਲ ਕੀਤਾ, ਕੋਈ ਬੰਦਾ ਬਾਹਰ ਖੜੀ ਕਰਕੇ ਦੱਸੋ ਵੀ ਕੋਈ ਬੰਦਾ ਜੇ ਤੁਸੀਂ ਗੁਲਾਬ ਜਾਮਣਾ ਖਵਾ ਕੇ ਚਾਹ ਪਿਆ ਕੇ ਤੋਰੋਗੇ ਤੁਹਾਨੂੰ ਐਂ ਦੱਸੋਗਾ ਵੀ ਹਾਂ ਮੈਂ ਕਤਲ ਕੀਤਾ ਤਾਂ ਜਾਂ ਮੇਰਾ ਇਹਦੇ 'ਚ ਹੱਥ ਹੈ, ਉਹ ਇਹੋ ਜਿਹੀਆਂ ਇਨਵੈਸਟੀਗੇਸ਼ਨਾਂ ਵੀਰੋ ਨਾ ਕਰੋ, ਅਸਲੀ ਰਾਹ ਤੇ ਆਓ, ਜਿਵੇਂ ਪੁਲਿਸ ਦਾ ਤਰੀਕਾ ਉਹਨੂੰ ਉਸ ਰੁੱਖ ਨੂੰ ਪੁੱਛੋ, ਜੇ ਸਾਨੂੰ ਉਸ ਤਰ੍ਹਾਂ ਕੋਈ ਕਾਨੂੰਨ ਇਜਾਜ਼ਤ ਨਹੀਂ ਦਿੰਦਾ, ਕੋਈ ਅੱਜ ਕੱਲ੍ਹ ਬੜੇ ਟੈਕਨੀਕਲ ਤਰੀਕੇ ਆ ਉਹ ਬਣਾਓ, ਇਹਨਾਂ ਬੰਦਿਆਂ ਨੂੰ ਮੂਹਰੇ ਲੈ ਕੇ ਆਓ, ਇਸ ਪਰਿਵਾਰ ਨੂੰ ਤਾਂ ਹੀ ਸ਼ਾਂਤੀ ਮਿਲੂਗੀ, ਉਸ ਬੱਚੇ ਦੀ ਆਤਮਾ ਨੂੰ ਵੀ ਤਾਂ ਹੀ ਸ਼ਾਂਤੀ ਮਿਲੂਗੀ। ਇੰਨੀਆਂ ਤੁਹਾਡੇ ਨਾਲ ਗੱਲਾਂ ਕਰਦਾ ਹੋਇਆ ਸੋਤੋਂ ਸਾਰਿਆਂ ਨੂੰ ਇਜਾਜ਼ਤ ਲੈਣਾ, ਇਹਦੇ ਵਿੱਚ IPS ਮੈਨੂੰ 22 ਨੇਮ ਕਿਸੇ ਬੰਦੇ ਦਾ ਨਾਂ ਲੈਣਾ ਪੰਚਾਇਤ ਚੰਗਾ ਨਹੀਂ ਹੁੰਦਾ, ਸਾਨੂੰ ਉਹਨਾਂ ਅਫਸਰਾਂ ਦੇ ਨਾਂ ਪਤਾ ਨੇ ਜਿਹਨਾਂ ਦੀਆਂ ਸਾਂਝਾਂ ਸੀ ਇਹਨਾਂ ਗੈਂਗਸਟਰਾਂ ਨਾਲ, ਔਰ ਸੁਰੱਖਿਆ ਮੁਹੱਈਆ ਕਰਾ ਕੇ ਫਰੋਤੀਆਂ ਕਰਾਉਂਦੇ ਰਹੇ ਨੇ, ਹੋਮਲੈਂਡ ਦੇ ਵਿੱਚ ਦਫ਼ਤਰ ਖੁੱਲੇ ਰਹੇ ਨੇ 10 ਸਾਲ ਉੱਥੇ ਦਫ਼ਤਰ, ਉਹ ਕਿੰਨੇ ਦਾ ਖੜਾ ਲੈ ਕੇ ਆਏ 20 ਲੱਖ ਦਾ, ਜਿਹੜਾ ਦੇ 10 ਲੱਖ, ਉਹ ਤੂੰ ਕਿੰਨੇ ਦਾ ਪ੍ਰੋਗਰਾਮ ਕਰਿਆ 5 ਲੱਖ ਦਾ ਲਿਆ, ਇੱਥੇ 2.5 ਲੱਖ, ਇਸ ਨੂੰ ਕਿੰਨਾ ਵੜਾਈਆਂ ਕਰਾਈਆਂ ਨੇ ਉੱਥੋਂ ਦੇ ਉਸ ਵੇਲੇ ਦੇ ਪੁਲਿਸ ਅਫਸਰਾਂ ਦੇ ਨਾਲ ਸੀਗੇ, ਜਦੋਂ ਇਸ ਮੁੰਡੇ ਨੇ ਇਸ ਇਹ ਵੀ ਹੋਮਲੈਂਡ ਉੱਥੇ ਰਿਹਾ 1 ਮਹੀਨਾ ਜਾ ਕੇ, ਜਦੋਂ ਹਾਲਾਤ ਦੇਖੇ ਨਾ ਵੀ ਯਾਰ ਮੇਰੇ ਤਾਂ ਗੱਲ ਹਿਸਾਬ ਚ ਆਉਣ ਵਾਲੀ ਨੀ, ਜਿਹੜਾ ਕੁਛ ਇੱਥੇ ਹੈ 13-12 ਆ ਕੇ ਉੱਥੇ ਰਿਹਾ ਸੀ, ਇਹ ਵੀ ਜ਼ਿਆਦਾਤਰ ਗਾਇਕ ਉੱਥੇ ਰਹਿੰਦੇ ਨੇ, ਫਿਰ ਇਹਨੇ ਆਪਦਾ ਬੋਰੀਆ ਬਿਸਤਰਾ ਬੰਨਿਆ ਤੇ ਮੂਸੇ ਆ ਗਿਆ, ਇਹਨਾਂ ਨੂੰ ਚਿੱਟਾ ਜਵਾਬ ਦਿੱਤਾ ਵੀ ਜਿਹੜੀ ਥੋੜੀ ਤੁਸੀਂ ਭਾਲ ਦਿਓ ਭਰਾਵੋ, ਇਹ ਮੈਂ ਨਹੀਂ ਇਹ ਕੰਮ ਕਰ ਸਕਦਾ। ਉਹ ਤੋਂ ਬਾਅਦ ਤੁਸੀਂ ਸਾਰਿਆਂ ਨੇ ਸੁਣਿਆ ਹੋਇਆ ਇੱਕ ਗੀਤ ਵੀ ਗਾਇਆ ਸੀ, ਹੋਮਲੈਂਡ ਤੱਲੇ ਰਹਿੰਦੇ ਨੇ ਬੜੇ, ਉਹ ਇਹੀ ਕਾਰਨ ਸੀ ਜਿਹੜੇ ਸਾਡੀਆਂ ਗੱਲਾਂ ਕਰਦੇ, ਇਹੀ ਕਾਰਨ ਹੈ ਉੱਥੇ ਤੱਲੇ ਲੋਕ ਰਹਿੰਦੇ ਸੀ, ਉਹਨਾਂ ਨੂੰ ਸਾਰੀ ਅਫਸਰਸ਼ਾਹੀ ਦਾ ਸਾਰੀ ਸਰਕਾਰ ਪਤਾ ਨਹੀਂ ਕੌਣ ਕੌਣ ਹੋਰ ਪੋਲੀਟੀਕਲ ਬੰਦੇ ਨਾਲ ਹੋਣਗੇ।